छेती तो शुरू अग लगन करके खराब हो गई। इतने केंद्र है कि 20 to 25 स्टूडेंट की डैथ हुई। वेलकम बैक टू दी चैनल गाइस, आई होप तुसी सारे कैड हो ते असी बिल्कुल टिच रेडी हो गए, घरों निकल चुके हैं। टाइम होया 2 PM दे ते अज धुप भी बड़ी मस्त आ ते अज आपां जाना है कहो जी लोकेशन ते जेडी कि तुसी बड़ी डिमांड करदे कि यार पूरी लोकेशन दिखाओ किथे आ की हिसाब किताब आ ते तुहानू दस दिओ ओ थोड़ी होर लोकेशन आ। टाइटल थंबनेल तो तुसी समझ गए होगे ते राइट नाउ असी हैगे आ PVR बस स्टैंड लागे PVR ते असी चले बाय करन, मतलब कि शूट भी बड़ा बंब होना, लोकेशन भी बड़ी बंब आ ते पर अज बंदे साडे बहुत घट साडे नाल। मैं हर्ष जस अहीं सिर्फ 3 जने आ, बाकी सारे आपो अपने कम्मां च बिजी आ। वीर जी आपा ही वेले आ। वीर जी सामने देखो तुसीं। हां मैं जिद्दां ओहदे विच निकल सके सी ना लोंगकोट चकना यार, एक लोंगकोट बनवाया ब्लैक कलर का ते ओ जाके देखने ट्राई करने जे वधिया फिट होए ते अज्ज ओ आपां वेयर करांगे। गाइस पहुंच चुके आप लोकेशन ते, ये हैगी आ पोलोटेक्निकल कॉलेज की लैब जिहड़ी कि अज तो काफ़ी देर पहला अग लगन करके खराब हो गई। तो इत्थे कहिंदे आ कि 20 to 25 स्टूडेंट की डैथ हुई वो अग दे विच, बाकी तुहानू पता नहीं, बाकी अफवाहां ही आ, बाकी सही गल सानू पता नहीं आ। तो इस तार जी होनी जो जतिंदर आया ना चंडीगढ़ तो राती 9 गए इतों मनुष्य लग लो मत करो रन लो इन्हू पता भी है कि इतने आ चक्कर है वा, पर फिर भी दिन दिन टाइम तो कोई चक्कर नहीं होंगे घर के लागे ना हो गई कबर उतना आहो सही 97 मिनट ना कबर है तो रस्ता ना एक पिछो नहीं जाता वा, तेन कही ना उधर चलो उधर नहीं जाता कला इन्हों के घर का शॉर्टकट है नहीं जाना इन्ना डरपोक ला दे भाई कदों मुकना मैच अच्छा हाले शुरू ही है किन्ने ओवर किन्ने ओवर अच्छा खुले ही ओए ओ जंप कितनी बढ़िया भाई दी तोड़ती उपर तोड़ती यार बेटा भाई आया हूं किधर गया इधर ना आ यार आ जा की है चल चला मेरा भी अगे चल अगे लग
ਉਧਰ ਚੱਲ ਰਹੀ ਘੁੰਮਣਾ ਹੈ ਬਈ ਇੱਥੇ ਉੱਤੇ ਜਾਣ ਨੂੰ ਕੋਈ ਰਸਤਾ ਹੈਗਾ ਕਿੱਥੋਂ ਉਹਦੇ ਉਹਨੇ ਢਾਹ ਤਾ ਨਾ ਉਹ ਵਾਲਾ ਓਏ ਚਲੋ ਚਲੋ ਸਾਰੇ ਹੋ ਦੇਖਿਆ ਹੀ ਨਾ ਵਾਜੋ ਭਰਾਵਾ ਆਹੋ ਆਹ ਠੀਕ ਆ ਫਿਰ ਵੀ ਤੈਨੂੰ ਮੈਂ ਕਿਹਾ ਸੀ ਨਾ ਉਹੀ ਗਾਂਢ ਰਿਸ਼ਤਾ ਹੈਗਾ ਉੱਪਰ ਚੜ੍ਹਨ ਵਾਸਤੇ ਹੁਣ ਉਹਨਾਂ ਤੋੜਿਆ ਹੋਇਆ ਤੇ ਉੱਤੇ ਨਾ ਮੁੰਡੇ ਮੰਡੇ ਯਾਰ ਹੁਣੇ ਹੀ ਵੇਖੇ ਜਿਹੜਾ ਅੱਗੇ ਮੁੰਡਾ ਸੀ ਸਾਡੇ ਉਹਨੇ ਉੱਪਰ ਦੀ ਸਾਈਡ ਇੱਥੇ ਕੋਈ ਚੱਕਰ ਨਹੀਂ ਕਿਉਂਕਿ ਇੱਥੇ ਉੱਪਰ ਦੀ ਸਾਈਡ ਮੁੰਡੇ ਕ੍ਰਿਕਟ ਖੇਡਦੇ ਆ ਅਤੇ ਇੱਧਰ ਵੀ ਸ਼ੂਟ ਸ਼ਾਟ ਚੱਲਦਾ ਰਹਿੰਦਾ ਲੋਕੇਸ਼ਨ ਦੇ ਹਿਸਾਬ ਨਾਲ ਪਰ ਜੇ ਇੱਥੇ ਤੁਸੀਂ ਆਉਂਦੇ ਲੋਕੇਸ਼ਨ 'ਤੇ ਤਾਂ ਦਿਨ ਦੇ ਟਾਈਮ ਆਓ ਇਹਨਾਂ ਨੂੰ ਮੈਂ ਉੱਧਰ ਇੰਨੀ ਗਾਲ ਪਾਈ ਨਾ ਮਜ਼ਾਕ ਦੀ ਗੱਲ ਜਤਿੰਦਰ ਨੂੰ ਵੀ ਵਿੱਚ ਇਹ ਪਰ ਕੀ ਕਰਦੇ ਉਹ ਨਹੀਂ ਕਿ ਜਦੋਂ ਬੰਦਾ ਨੋਰਮਲ ਸ਼ੂਟ ਕਰੇ ਕੋਈ ਚੱਕਰ ਨਹੀਂ ਆ ਲਾਈਟਾਂ ਲਾ ਲੂਗੇ ਕਰਨ ਦੇ ਜਦੋਂ ਦੋ ਜਾਣੇ ਵੀ ਆ ਜਾਂਦੇ ਨਾ ਕੈਮਰਾ ਘਵਾ ਲੈਣਾ ਉਹੀ ਤੇ ਜਤਿੰਦਰ ਨੂੰ ਇਹੀ ਕਹਿ ਕੇ 6 ਲੱਖ ਦੇ ਦਾ ਕੈਮਰਾ ਫੁਰ ਅਤੇ ਉਹ ਤਾਰਾਂ ਵਾਲੇ ਪੁਲ 'ਤੇ ਵੀ ਇਹੀ ਕਾਂਡ ਹੁੰਦਾ ਵਾ ਅਤੇ ਇੱਥੇ ਵੀ ਇਹੀ ਕਾਂਡ ਸੋ ਜਦੋਂ ਵੀ ਆਓ ਦਿਨ ਦੇ ਟਾਈਮ ਆਓ 4 ਵਜੇ ਤੱਕ ਆ ਜਾਓ ਕੋਈ ਚੱਕਰ ਨਹੀਂ ਅਤੇ ਇਕੱਲੇ ਨਾ ਆਓ ਯਾਰ ਕਦੇ ਵੀ ਇਕੱਲੇ ਨਾ ਆਓ 2-3 ਜਾਣੇ ਆਓ ਅਤੇ ਕੈਮਰਾ ਜ਼ਰਾ ਬਾਹਰ ਕੱਢੋ ਹੀ ਨਾ ਆਪਣੇ ਫੋਨ ਤੋਂ ਫੋਟੋਆਂ ਖਿੱਚੀਆਂ ਫੋਨ ਤੋਂ ਖਿੱਚ ਕੇ ਆਪਾਂ ਹੋਰ ਅੱਧਾ ਘੰਟਾ ਲਾਉਣਾ ਫਲੇਅਰ ਫਲੂ ਚਲਾ ਕੇ ਤਾਂ ਆਪਾਂ ਨਿਕਲ ਜਾਣਾ ਯਾਰ ਅਸੀਂ ਸੋਚਿਆ ਸੀ ਉੱਧਰ ਦੀ ਸਾਈਡ ਸ਼ੂਟ ਕਰਾਂਗੇ ਕਿ ਉੱਧਰ ਜਿਹੜੀ ਗ੍ਰਾਫਟੀ ਬਣੀ ਹੋਈ ਆ ਉਹ ਵਧੀਆ ਬਣੀ ਹੋਈ ਆ ਇੱਧਰ ਹਾਲੇ ਨੋਰਮਲੀ ਆ ਪਰ ਉੱਥੇ ਖੇਡ ਰਿਹਾ ਹਾਲੇ ਮੁੰਡੇ ਕ੍ਰਿਕਟ ਸੋ ਉਹਨਾਂ ਦਾ ਮੈਚ 2 ਘੰਟੇ ਨੂੰ ਖਤਮ ਹੁੰਦਾ 3 ਨੂੰ ਖਤਮ ਹੁੰਦਾ ਕੋਈ ਆਈਡੀਆ ਨਹੀਂ ਚਲੋ ਇੱਥੇ ਕੁਛ ਨਾ ਕੁਛ ਕਰਦੇ ਹਾਂ ਯਾਰ ਆਹ ਵੀ ਠੀਕ ਆ ਪਰ ਜਿਹੜੀ ਆਹ ਜਿਹੜੀ ਲੋਕੇਸ਼ਨ ਆ ਉੱਥੇ ਨਾ ਵਾਕਿੰਗ ਵਾਲੀ ਬੜੀ ਵਧੀਆ ਹੋਣੀ ਪਿੱਛੇ ਆਓ ਗੱਲ ਕਰਦੇ ਹਾਂ ਪੁੱਛਦੇ ਆ ਜਾਓ ਇੱਥੇ ਟੋਟਲ 3 ਬਿਲਡਿੰਗਾਂ ਨੇ ਇੱਕ ਤਾਂ ਜਿੱਥੇ ਐਕਟਿਵਾ ਲੱਗੀ ਹੋਈ ਆ ਅਤੇ ਜਿੱਥੇ ਮੁੰਡੇ ਕ੍ਰਿਕਟ ਖੇਡ ਰਹੇ ਅਤੇ ਇੱਕ ਆਹ ਵਾ ਇੱਥੇ ਵੀ ਯਾਰ ਗਾਣੇ ਗੁਣੇ ਸ਼ੂਟ ਹੁੰਦੇ ਰਹਿੰਦੇ ਅੰਦਰ ਆਇਆ ਅੰਦਰ ਵਿਖਾਈਏ ਇਹ ਸ਼ਾਇਦ ਰਿਪੇਅਰ ਕਰਨ ਦੇ ਹੋਣਾ ਨਾ ਹਰਸ਼ ਕਿਉਂਕਿ ਜਦੋਂ ਆਪਾਂ ਪਿਛਲੀ ਵਾਰ ਆਏ ਸੀ ਨਾ ਇੱਥੇ ਕਾਫੀ ਪੇੜ ਪੂੜ ਪੌਦੇ ਹੋਣਾ ਜਿਹੜੇ ਮਤਲਬ ਕਿ ਉਹ ਉੱਗੇ ਹੋਏ ਸੀ ਪਰ ਹੁਣ ਸਾਰਾ ਕਲੀਨ ਕੀਤਾ ਹੋਇਆ ਇਹਨਾਂ ਨੇ ਜਾਣ ਪਰ ਸਫਾਈ ਸਫਾਈ ਹੋਈ ਆ ਤੇਤੀ ਤੇ ਸ਼ੁਰੂ 34 ਤੇ ਪੂਰਾ ਚੱਲੇਗਾ ਕਾਫੀ ਸਹੀ ਹੈ ਯਾਰ 15 ਸੈਕਿੰਡ ਹਨਾ ਪੂਰੇ ਦੇਖਿਆ 15 ਸੈਕਿੰਡ ਬਾਅਦ 20 ਕੁ ਸੈਕਿੰਡ ਚੱਲ ਪਿਆ ਸਹੀ ਹੈ ਫਿਰ ਵੀ 20 ਰੁਪਏ ਦਾ ਇੱਕ ਆ ਕਿੱਦਾਂ ਯਾਰ ਕੱਪੜੇ ਸਾਰੇ ਗੰਦੇ ਹੋ ਗਏ ਪੂਰਾ ਘੈਂਟ ਗਾਈਸ ਕਮੈਂਟ ਕਰਕੇ ਦੱਸਿਓ ਕਿਹੋ ਜਿਹਾ ਲੱਗ ਰਿਹਾ ਫਸਟ ਟਾਈਮ ਟਰਾਈ ਕੀਤਾ ਪਹਿਲਾਂ ਆਪਾਂ ਕੀਤਾ ਉਹ ਗ੍ਰੇ ਵਾਲਾ ਨਾ 3 ਸਾਲ ਪਹਿਲਾਂ ਹਾਊਸ ਮੰਗਵਾ ਦਾ ਨਹੀਂ ਲੱਗਦਾ ਮੰਗਵਾ ਦਾ ਨਹੀਂ ਲੱਗਦਾ ਪਰ ਮੰਗਵਾਣੀ ਆਪਣਾ ਹੀ ਆ ਹੁਣ ਆਪਾਂ ਵੀਡੀਓ ਬਣਾਉਂਦੇ ਹਾਂ ਇੱਧਰ ਵਾਲੇ ਫਰੇਮ 'ਤੇ ਧੂੰਆਂ ਧੂੰਆਂ ਕਰਤਾ ਪੂਰਾ ਆਪਾਂ 10 ਕਲਰ ਸਮੋਕ ਹੀ ਸਾਡੇ ਕੋਲ ਅਤੇ 10 ਦੇ 10 ਯੂਜ਼ ਹੋ ਗਏ ਪਰ ਇੱਕ ਵੀ ਪਰਫੈਕਟ ਸ਼ੋਟ ਨਹੀਂ ਆਇਆ
ਈਵਨ ਕਿ ਸਾਡੀ ਕਾਸਟ ਬੜੀ ਤਗੜੀ ਆ ਤਗੜੇ ਦੇ ਡਾਇਰੈਕਟਰ ਹੋਈ ਆਪਣੀ ਆਪਣੀ ਉਂਗਲ ਵੀ ਛੜਾ ਲਈ ਬਾਈ ਨੇ ਪਰ ਨਹੀਂ ਯਾਰ ਜੋ ਗੱਲ ਆਪਾਂ ਚਾਹੁੰਦੇ ਸੀ ਉਹ ਬਣੀ ਨਹੀਂ ਆ ਪਰ ਫਿਰ ਵੀ ਆਪਾਂ ਥੋੜਾ ਬਹੁਤ ਸੈਕਰੀਫਾਈਸ ਕਰ ਲਾਂਗੇ ਕਿਉਂਕਿ ਹਰਸ਼ ਨੇ ਆਪਣੀ ਥੋੜੀ ਇੱਥੇ ਉਂਗਲ ਛੜਾਈ ਆ ਤੇ ਇੱਕ ਵੀਡੀਓ ਬਣੀ ਆ ਬਿਲਕੁਲ ਪਰਫੈਕਟ ਬਣੀ ਪਰ ਲਾਸਟ ਥੋੜਾ ਪੰਗਾ ਪੈ ਗਿਆ ਜਿਹੜੀ ਤੁਸੀਂ ਪਿੱਛੇ ਵੇਖ ਚੁੱਕੇ ਨਹੀਂ ਸੱਚੀ ਮੈਨੂੰ ਬਹੁਤ ਦਿਲੋਂ ਦੁੱਖ ਆ ਕਿ ਤੁਹਾਡੇ ਲਈ ਕੋਈ ਵੀ ਲੈਂਸ ਕਲਰ ਸਮੋਕ ਨਹੀਂ ਬਚੀ ਤੈਨੂੰ ਕੀ ਕਹਿਣਾ ਆਪਾਂ ਬੋਲ ਦੁੱਖ ਨਹੀਂ ਤੈਨੂੰ ਆਪਾਂ ਕੀ ਕਹਿਣਾ ਬਹੁਤ ਦੁੱਖ ਹੈ ਆਪਾਂ ਤੈਨੂੰ ਕਹਿਣਾ ਤੁਹਾਨੂੰ ਹੁਣ ਕੁਝ ਖਵਾਣਾ ਹੀ ਹੈ ਓਕੇ ਲੰਗਰ ਲੱਗਾ ਹੋਇਆ ਬਾਹਰ ਨਿਊਟਰੀ ਗੁਲਚੇ ਦਾ ਨਹੀਂ ਉਹ ਆਪਾਂ ਛੱਕ ਲਿਆ ਵਾ ਹੁਣ ਦੁਬਾਰਾ ਉੱਥੇ ਛੱਕਦੇ ਆ ਇਹ ਅਸੀਂ ਜਦੋਂ ਲੋਕੇਸ਼ਨ ਤੇ ਹੋਣੇ ਸੀ ਤੇ ਭੁੱਖ ਬੜੀ ਲੱਗੀ ਸੀ ਤੇ ਦੁਕਾਨ ਤੇ ਗਏ ਤੁਹਾਨੂੰ ਕੁਝ ਨਹੀਂ ਮਿਲਿਆ ਤੇ ਸਾਹਮਣੇ ਲੰਗਰ ਲੱਗਾ ਸੀ ਮੇਰੀ ਨਿਗਾਹ ਪੈ ਗਈ ਸਾਰਿਆਂ ਨੂੰ ਪਤਾ ਹੀ ਕਿਹਦੀ ਨਿਗਾਹ ਪਈ ਹੋਊਗੀ ਦੱਸਣ ਦੀ ਲੋੜ ਨਹੀਂ ਆ ਤੇ ਉਹ ਆਪਾਂ ਸਨੈਪਚੈਟ ਤੇ ਸਟੋਰੀਆਂ ਵਗੈਰਾ ਪਾਈਆਂ ਸਨੈਪਚੈਟ ਤੇ ਵੀ ਐਡ ਕਰ ਲਓ ਤੇ ਹੁਣ ਕੀ ਕਰੀਏ ਫਿਰ ਹੁਣ ਬਾਕੀ ਜੋ ਕੰਮ ਕਰਨਾ ਕਰੀਏ ਫਿਰ ਬਾਕੀ ਰੀਲਾਂ ਬਣਾਉਂਦੇ ਚਲੋ ਫਿਰ ਹਨੇਰਾ ਵੀ ਹੋ ਰਿਹਾ ਨਿਕਲੀ ਇੱਥੇ ਛੇਤੀ ਅੰਦਰਲੀ ਸਾਈਡ ਹੁਣ ਮੈਚ ਥੋੜਾ ਤਗੜਾ ਹੋਣ ਲੱਗ ਪਿਆ ਕਿਉਂਕਿ ਲੈਦਰ ਦੀ ਬੋਲ ਆ ਗਈ ਤੇ ਇੱਕ ਬੋਲਦੇ ਨਾ ਕੋਈ ਚਾਰ ਬੋਲਾਂ ਸੀ ਬੋਲਰ ਵੀ ਚਾਰ ਅਸੀਂ ਤਾਂ ਮਤਲਬ ਇੱਕ ਵੀਡੀਓ ਬਣਾਉਣ ਗਏ ਅੰਦਰ ਉਹਨਾਂ ਲਈ ਕਹਿੰਦੇ ਭਾਈ ਪਰ ਆਜੋ ਹੁਣ ਜੇ ਵੱਜ ਗਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੇ ਹੁਣ ਆਪਾਂ ਬਾਹਰਲੀ ਸਾਈਡ ਇੱਥੇ ਦੇਖਦੇ ਹਾਂ ਕਰ ਲਓ ਇਹ ਸੱਸੂ ਬੜਾ ਆਉਂਦਾ ਮੈਂ ਬੀਪ ਕਰਤੀ ਹੋਈ ਆ ਇੱਥੇ ਯਾਰ ਮੈਂ ਗਾਣੇ ਦੇ ਇੱਥੇ ਨਾ ਗਾਣੇ ਦਾ ਅੱਧਾ ਸ਼ੂਟ ਬੜੇ ਆਰਾਮ ਨਾਲ ਹੋ ਸਕਦਾ ਜਿੰਨੀ ਇੱਥੇ ਲੋਕੇਸ਼ਨ ਹੈਗੀ ਨਾ ਇਹ ਕਹਿੰਦੇ ਗਾਣਾ ਸ਼ੂਟ ਕਰਨਾ ਤੇ ਆਪਣੀ ਜ਼ਿੰਮੇਵਾਰੀ ਤੇ ਆਓ ਕੋਈ ਯਕੀਨ ਨਹੀਂ ਜੇ ਭਾਈ ਇੱਥੇ ਕਿਤੇ ਬੋਲ ਵੱਜੇ ਕਿਤੇ ਸਮਾਨ ਚੁੱਕਿਆ ਜਾਏ ਕੁਛ ਤੇ ਆ ਦੇਖ ਲਓ ਤੁਹਾਨੂੰ ਕਹਿਣਾ ਵੇਖ ਲਓ ਵਖਾਈ ਬੋਲ ਵਖਾਈ ਬੋਲ ਵਖਾਈ ਹੋਰ ਵੀ ਸਾਹ ਭਾਈ ਥੋੜਾ ਧਿਆਨ ਨਾਲ ਬੋਲ ਵੀ ਜਿੰਨੀਆਂ ਟੋਰਾਂ ਕੱਢੀਆਂ ਠੀਕ ਆ ਲੋਕਾਂ ਨੇ ਕਹਿਣਾ ਬਾਹਰ ਲੱਗੀ ਹੋਣੀ BMW ਜਾਂ ਡੀ ਲੱਗੀ ਹੋਣੀ ਕਿਤੇ ਆਪ ਤਾਂ ਦਿਖਾਉਂਦੇ ਆਪਣੀ ਵੱਡੀ ਅਸੀਂ ਵਾਈਟ ਪੋਸਟ ਤੇ ਆਏ ਆ ਵਾਈਟ ਪੋਸਟ ਵਾਈਟ ਪੈਨ ਆ ਮੇਰਾ ਮਾਈ ਗੋਡ ਵਾਈਟ ਲੈਂਬਰਗਿਨੀ ਵਾਈਟ ਬੁਗਾਟੀ ਨਹੀਂ ਸਹੀ ਨਹੀਂ ਆ ਦੇਖੋ ਸਾਡੀ ਵਾਈਟ ਬੁਗਾਟੀ ਚੀਰਾਨ ਯਾ ਡੀਵੋ ਤਿੰਨੋਂ ਜਾਣੇ ਇੱਕੋ ਐਕਟਿਵਾ ਤੇ 3-in-1 ਓਏ ਕੋਈ ਇੱਥੇ ਵੇਖ ਕੇ ਪੰਜਾਬ ਪੁਲਿਸ ਨੂੰ ਟੈਗ ਨਾ ਮਾਰਦੇ ਉਹ ਅੱਗੇ ਬੜੇ ਨਹੀਂ ਨਹੀਂ ਵੀਰ ਜੀ ਇੱਕ ਵਾਰ ਨੂੰ ਆਪਾਂ ਆਟੋ ਤੇ ਬਿਠਾ ਲੈਣਾ ਨਾ ਬਾਹਰੋਂ ਸੜਕ ਤੱਕ ਬਸ ਮੈਂ ਆਪਾਂ ਬਾਹਰ ਤੱਕ ਹੀ ਇੱਕ ਆ ਵੇਖੋ ਮੈਂ ਬੀਪ ਕਰਤਾ ਹੋਇਆ ਵੀਰ ਜੀ ਇਹਨੂੰ ਬੁਗਾਟੀ ਨੂੰ ਚਾਬੀ ਲੋੜ ਸੀ ਨਾ ਪੈਂਦੀ ਵੋਇਸ ਕੰਟਰੋਲ ਸਟਾਰਟ ਇੰਜਨ ਬੈਣਾ ਤੇ ਛੇਤੀ ਚੱਲ ਤੂੰ ਰੁਕ ਨਹੀਂ ਨੀ ਜੇ ਬੇ 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 ਧੱਕਾ ਲਾਓ ਬੈ ਛੇਤੀ ਚਾਬੀ ਦੇ ਚਲੋ ਚਾਬੀ ਲੋੜ ਹੈ ਸੱਚੀ ਲੋੜ ਆ ਗਿਆ ਹੋਰ ਵਿੱਚੀ ਬਸ ਹੁਣ ਰਿਐਲਿਟੀ ਤੇ ਆਜੋ ਵਿੱਚ ਆ ਫੜੋ ਵੀਰ ਜੀ ਹੁਣ ਤੁਹਾਨੂੰ ਚਾਬੀ ਵਿਖਾਉਂਦੇ ਯਾਰ ਚਾਬੀ ਵਿਖਾਉਂਦੇ ਛਿੱਲੀ ਚਾਬੀ ਹੂੰ ਹਾਲੇ ਵੀਰ ਜੀ ਲਾਓ ਹੁਣ ਕੋ ਹਾਂ ਇੰਜਨ ਹੁਣ ਬੋਲੋ ਇਹ ਰੁਕ ਇਹਨੂੰ ਚੱਲ ਮਾਰ ਸਟਾਰਟ ਇੰਜਨ ਦੇ ਸਾਰੇ ਸਾਂ ਚੱਲਦੀ ਇਹ ਨਹੀਂ ਫਿਰ ਤੇਲ ਤੇ ਨਹੀਂ ਮੁੱਕ ਗਿਆ ਜਾਣਾ ਕਿ ਤੇਲ ਹੈਗਾ ਤੇਲ ਹੈਗਾ ਠੰਡੀ ਹੋ ਗਈ ਵੀਰ ਜੀ ਬੁਗਾਟੀ ਡੀਵੋ ਠੰਡੀ ਹੋ ਗਈ ਰਿਪ ਮਰਾਵੇ ਦੀ ਘਰ ਵੀ ਜਾਣਾ ਵਾ ਓਹੋ ਛਾਤੀ ਨਾਲ ਛਾਤੀ ਵੱਜ ਗਈ ਚਲੋ ਮੇਰਾ ਭਰਾ